ਅੱਖਾਂ ਚ ਨਜਾਇਜ ਵਿਕਦਾ ਡਾਕਾ ਮਾਰ ਲੋ ਪੁਲਿਸ ਵਾਲੀ ਜਾ ਕੇ, ਓਏ ਅੱਖਾਂ ਚ ਨਜਾਇਜ ਵਿਕਦਾ ਡਾਕਾ ਮਾਰ ਲੋ ਪੁਲਿਸ ਵਾਲੀ ਜਾ ਕੇ, ਡਾਕੇ ਡੂਕੇ ਫੇਰ ਮਾਰੀ ਮੇਰੀ ਗੱਲ ਸੁਣ। ਹਾਂਜੀ ਸਰਦਾਰਨੀ ਜੀ। ਆਏ ਹਾਏ ਮੈਂ ਬਹੁਤ ਦੁਖੀ ਹਾਂ ਰਾਮੂ। ਉਹ ਸਰਦਾਰਨੀ ਜੀ ਮੈਂ ਰਾਮੂ ਤੁਹਾਡਾ ਸੀਰੀ ਨਾ ਮੱਖੀ ਲੜਨ ਦੇਵਾਂ ਨਾ ਕੀਰੀ। ਆ ਮੱਖੀਆਂ ਕੀੜੀਆਂ ਬੰਦ ਕਰ ਆਉਂਦੀਆਂ, ਤੂੰ ਨਾ ਮੇਰਾ ਮਨੋਰੰਜਨ ਕਰ। ਐ ਕਰ ਤੂੰ ਸੁਣਾ ਰਿਕਾਰਡ ਘੈਂਟ ਜਿਹਾ ਹੋਵੇ। ਹਾਂ ਉਹ ਸਰਦਾਰਨੀ ਜੀ ਰਾਤ ਮੈਂ ਸੁੱਤੀ ਪਈ ਨੇ ਬੜਾ ਵਧੀਆ ਗਾਣਾ ਲਿਖੀ ਹੈਗੀ। ਲਿਖਦਾ ਗਾਣੇ ਤੂੰ? ਹਾਂਜੀ ਸੌਣ ਦੇ ਮਹੀਨੇ ਵਾਲੀ ਖਿਲਦੀ ਇਹੋ ਜਿਹਾ ਨਜ਼ਾਰਾ ਸਰਦਾਰਨੀ ਜੀ ਸਾਨੂੰ ਸੌਣ ਦੇ ਮਹੀਨੇ ਵਿੱਚ ਮਿਲਦੀ, ਇਹੋ ਜਿਹਾ ਨਜ਼ਾਰਾ ਸਰਦਾਰਨੀ ਜੀ ਸਾਨੂੰ ਸੌਣ ਦੇ ਮਹੀਨੇ ਵਿੱਚ ਮਿਲਦੀ। ਅੱਜ ਚੜੀਆ ਸਰਦਾਰਨੀ ਤੇਰੇ ਤੱਕੇ, ਅੱਜ ਬਦਾ ਲੈ ਤਨਖਾਹ। ਉਹ ਸਰਦਾਰਨੀ ਜੀ ਤੈਨੂੰ ਪਤਾ ਮੇਰਾ ਬੜਾ ਵੱਡਾ ਦਿਮਾਗ ਹੈਗੀ, ਮੇਰੇ ਕੋਲੇ ਬੜਾ ਵਧੀਆ ਸਕੀਮ ਹੈਗੀ। ਅੱਛਾ ਪਰ ਤੈਨੂੰ ਮੇਰਾ ਇੱਕ ਸ਼ਰਤ ਜ਼ਰੂਰ ਮੰਨਣਾ ਪਵੇਗੀ। ਤੈਨੂੰ ਪਤਾ ਮੇਰੀ ਤਨਖਾਹ ਹੈਗੀ ਪੂਰੇ 1500 ਰੁਪਿਆ, ਇਹ ਤੈਨੂੰ ਵਧਾ ਕੇ ਕਰਨੀ ਪਊ ਪੂਰਾ 2500 ਰੁਪਿਆ। 2500 ਰੁਪਿਆ ਲੈਣਾ ਤਾਂ? ਹਾਂਜੀ ਖੜ ਜਾ। ਮੈਂ ਚੋਰਿਆ, ਮੈਂ ਤਾਂ ਪਹਿਲਾਂ ਹੀ ਦੁਖੀ ਆ, ਮੈਂ ਤੈਨੂੰ ਦਿੰਦੀ ਆ 2600 ਰੁਪਇਆ। ਚੌਲ ਖਾਣੀ ਜਾਤ। ਗੱਲ ਸੁਣ ਲੈ ਸਰਦਾਰਨੀ ਜੀ, ਮੈਂ ਸਾਰਾ ਕੁਝ ਜਰ ਸਕਦੀ ਪਰ ਜਿਹੜਾ ਤੂੰ ਮੈਨੂੰ ਚੌਲ ਖਾਣੀ ਜਾਤ ਕਹਿੰਦੀ ਮੈਂ ਇਹ ਨਹੀਂ ਜਰ ਸਕਦੀ। ਤੂੰ ਮੇਰਾ ਗਰਦਨ ਵੱਢਦੇ ਪਰ ਮੈਨੂੰ ਚੌਲ ਖਾਣੀ ਜਾਤ ਨਾ ਕਹਿ, ਮੈਨੂੰ ਤੈਨੂੰ ਮੈਂ ਦੱਸ ਦਿੱਤੀ। ਤੂੰ ਚੱਲ ਪਰੇ, ਤੂੰ ਮੈਨੂੰ ਏਦਾਂ ਪੁੱਠਾ ਬੋਲਦੀ, ਅੱਜ ਤੋਂ ਬਾਅਦ ਮੈਂ ਨਹੀਂ ਤੇਰੇ ਨਾਲ ਬੋਲਦੀ ਹੈਗੀ। ਰਾਮੂ ਵੀ ਵਾ ਗਿਆ ਲੜਕੇ, ਮੈਂ ਰਹਿ ਗਈ ਇਕੱਲੀ। ਚੱਲ ਮਨਾ ਕੋਈ ਬਣਾ ਕੋਈ ਸਕੀਮ ਨਵੀਂ। ਹਾਏ